ਅਕਾਲੀ ਪਾਰਟੀ ਨੂੰ ਉਹ ਸਜ਼ਾ ਮਿਲੀ ਆ ਜਿਹੜੀ ਉਹਨਾਂ ਨੇ ਬਹਿਬਲ ਕਲਾਂ ਦੇ ਵਿੱਚ ਅਤੇ ਬਰਗਾੜੀ ਦੇ ਵਿੱਚ ਜੋ ਕੀਤਾ, ਸਿੱਖਾਂ ਦੀ ਭਾਵਨਾਵਾਂ ਨਾਲ ਜਿਹੜਾ ਖੇਡਿਆ, ਹਰ ਧਰਮ ਨਾਲ ਖਿਲਵਾੜ ਕੀਤਾ। ਦੇਖੋ ਜੀ, ਅਕਾਲੀ ਦਲ ਸ਼ੁਰੂ ਤੋਂ ਧਰਮ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਦਾ ਆ ਰਿਹਾ ਅਤੇ ਜਿਹਨੂੰ ਉਹਨੇ ਜਾਰੀ ਰੱਖਿਆ। ਇੱਥੇ 5 ਰੁਪਏ ਯੂਨਿਟ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ। 5 ਰੁਪਏ ਯੂਨਿਟ ਤਾਂ ਕੀ ਦੇਣੀ ਸੀ, ਉਹਨਾਂ ਨੇ 12 ਵਾਰ ਹੌਲੀ ਹੌਲੀ ਕਰਕੇ ਬਿਜਲੀ ਦੇ ਰੇਟ ਵਧਾ ਦਿੱਤੇ। ਅਸੀਂ ਇੰਨਾ ਹੀ ਮੰਗਿਆ ਸੀ ਉਸ ਪ੍ਰੋਟੈਸਟ ਦੇ ਵਿੱਚ ਤਾਂ, ਵੀ ਤੁਸੀਂ 12 ਵਾਰ ਰੇਟ ਵਧਾਏ ਆ, ਜਿਹੜੇ 11 ਵਾਰ ਵਧਾਏ ਆ ਇੱਕ ਪਾਸੇ, ਜਿਹੜਾ 12ਵਾਂ ਵਧਾ ਰਹੇ ਆ ਉਹੀ ਰੋਕ ਲਓ। ਅੰਬਾਨੀ ਦੇ ਨਾਲ ਖਾਣਾ ਖਾਧਾ ਕੈਪਟਨ ਸਰਕਾਰ ਨੇ, ਉੱਥੇ ਖਾਣਾ ਖਾਂਦੇ ਸਮੇਂ ਵੀ ਇਹ ਕੋਈ ਐਗਰੀਮੈਂਟ ਦੀ ਗੱਲ ਕਰ ਰਹੇ ਸੀ, ਐਗਰੀਮੈਂਟ ਨੂੰ ਤੋੜਨ ਦੀ ਗੱਲ ਕਰ ਸਕਦੇ ਸੀ। ਉਹ ਖਾਣਾ ਇਹਨਾਂ ਨੇ ਐਗਰੀਮੈਂਟ ਤੋੜਨ ਲਈ ਜਾਂ ਜਾਰੀ ਕਰਨ ਲਈ ਨਹੀਂ ਸੀ, ਉਹ ਤਾਂ ਇਹਨਾਂ ਨੂੰ ਪਤਾ ਕਰਨ ਗਏ ਹੋਣੇ, ਪਿਛਲੀ ਸਰਕਾਰ ਨੂੰ ਕਿੰਨਾ ਕਮਿਸ਼ਨ ਦਿੰਦੇ ਸੀ, ਸਾਨੂੰ ਕਿੰਨਾ ਦਊਂਗੇ, ਉਹ ਇਹਨਾਂ ਦੀ ਕਮਿਸ਼ਨਾਂ ਦੀ ਸਾਂਝ ਸੀ। ਕਾਂਗਰਸ ਸਰਕਾਰ ਨੇ ਵੀ ਲੋਕਾਂ ਦਾ ਵਿਰੋਧ ਜ਼ਿਆਦਾ ਉੱਠ ਰਿਹਾ, ਮੈਨੂੰ ਕੁਛ ਤਾਂ ਲੋਲੀਪੋਪ ਦੇ ਕੇ ਲੋਕਾਂ ਨੂੰ ਅੱਗੇ ਤੋਰਨਾ ਪੈਣਾ। ਬੀਜੇਪੀ ਉਸ ਟਾਈਮ ਅਕਾਲੀਆਂ ਦੀ ਭਾਈਵਾਲ ਸੀ ਜਦੋਂ ਅਕਾਲੀ ਸਰਕਾਰ ਪੰਜਾਬ ਦੇ ਵਿੱਚ ਬਹਿਬਲ ਕਲਾਂ 'ਚ ਬੱਚੇ ਮਾਰ ਰਹੀ ਸੀ। ਮੈਂ ਤਾਂ ਇੱਕੋ ਗੱਲ ਪੁੱਛਣਾ ਚਾਹੁੰਦੀ ਹਾਂ, ਜੇ ਖਜ਼ਾਨਾ ਖਾਲੀ ਹੈ ਤਾਂ ਬਜਟ ਕਾਹਦਾ ਲੈ ਕੇ ਆ ਰਹੇ ਹੋ? ਸਿਰਫ ਬੁੱਤ ਦੇ ਨੀਚੇ ਥੰਮਲਾ ਢਾਇਆ ਸਰਕਾਰ ਨੇ, 307 ਦੇ ਪਰਚੇ ਕਰਦੇ। ਇੱਕ ਗੱਲ ਮੈਨੂੰ ਦੱਸੋ, ਬਹਿਬਲ ਕਲਾਂ ਦੇ ਦੋਸ਼ੀ ਜਿਹੜੇ 2 ਮੁੰਡੇ ਮਰੇ ਆ, ਉਹ ਤਾਂ ਪੁਲਿਸ ਵਾਲੇ ਵੀ ਲੋਕਾਂ ਨੇ ਪਛਾਣ ਲਏ ਸੀ, ਉਹਨਾਂ ਦੇ ਪਰਚੇ ਕਿਉਂ ਨਹੀਂ? ਸ਼੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿੱਚ ਲੱਗੇ ਬੁੱਤਾਂ ਦੀ ਕੀਤੀ ਗਈ ਪੰਨ ਤੋੜ ਤੇ ਸਿਆਸਤ ਪੂਰ ਜ਼ੋਰਾਂ ਤੇ ਹੈ, ਜਿਸ ਦੇ ਚਲਦੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਬੁੱਤ ਤੋੜਨ ਵਾਲੇ ਸਿੰਘਾਂ ਤੇ ਕੀਤੇ ਗਏ ਪਰਚੇ ਦਾ ਵਿਰੋਧ ਲਗਾਤਾਰ ਜਾਰੀ ਹੈ, ਜਿਸਦੇ ਚਲਦੇ ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਵੀ ਇਸ ਮਾਮਲੇ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਪਿੱਛੇ ਦਿਨੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਬਾਹਰ ਬੁੱਤ ਲੱਗੇ ਸੀ ਉਹਨਾਂ ਨੂੰ ਢਾਇਆ। ਹੁਣ ਬੁੱਤ ਲਗਾਉਣੇ, ਚਲੋ ਉੱਥੇ ਬੁੱਤ, ਪਹਿਲੀ ਗੱਲ ਤਾਂ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਹੈ, ਜੇ ਬੁੱਤ ਲਗਾਉਣੇ ਚਾਹੀਦੇ ਸੀ ਉੱਥੇ ਹਰੀ ਸਿੰਘ ਨਲੂਆ ਜੀ ਦੇ ਲਗਾਉਣੇ ਚਾਹੀਦੇ ਸੀ, ਜੱਸਾ ਸਿੰਘ ਰਾਮਗੜੀਆ ਜੀ ਦੇ ਲਾਉਣੇ ਸੀ, ਮਾਈ ਭਾਗੋ ਜੀ ਦੇ ਲਾਉਂਦੇ, ਮਤੀ ਦਾਸ ਜੀ ਦੇ ਲਾਉਂਦੇ, ਜਾਂ ਉਸ ਧਾਰਮਿਕ ਸਾਈ ਮੀਆਂ ਮੀਰ ਜੀ ਦਾ ਵੀ ਲਾ ਸਕਦੇ ਸੀ ਕਿਉਂਕਿ ਉਹਨਾਂ ਨੇ ਨਹੀਂ ਪਿੱਤਰ ਰੱਖਿਆ, ਜਾਂ ਉਹਨਾਂ ਦੇ ਲਗਾਉਂਦੇ ਜਿਹਨਾਂ ਨੇ ਉਹ ਸਮਾਜ ਦੇ ਲਈ ਉਸ ਲਈ ਕੁਛ ਕੀਤਾ, ਜਿੱਥੋਂ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕੋਈ ਪ੍ਰੇਰਨਾ ਮਿਲਦੀ। ਪਰ ਇਹਨਾਂ ਨੇ ਉਹ ਬੁੱਤ ਵੀ ਨਹੀਂ ਉਹਨਾਂ ਨੇ ਢਾਇਆ, ਸਿਰਫ ਬੁੱਤ ਦੇ ਨੀਚੇ ਥੰਮਲਾ ਢਾਇਆ ਸਰਕਾਰ ਨੇ, 307 ਦੇ ਪਰਚੇ ਕਰਤੇ ਇੱਕਦਮ ਉਹਨਾਂ ਬੱਚਿਆਂ 'ਤੇ। ਚਲੋ ਉਹਨਾਂ ਤੋਂ ਗਲਤੀ ਹੋਈ, ਮੈਂ ਕਹਿੰਦੀ ਉਹਨਾਂ ਦੇ ਪਰਚੇ ਵੀ ਕਰਤੇ ਠੀਕ ਹੈ। ਪਰ ਜੇ ਅਗਲੀ ਗੱਲ, ਇੱਕ ਗੱਲ ਮੈਨੂੰ ਦੱਸੋ, ਬਹਿਬਲ ਕਲਾਂ ਦੇ ਦੋਸ਼ੀ ਜਿਹੜੇ 2 ਮੁੰਡੇ ਮਰੇ ਆ, ਉਹ ਤਾਂ ਪੁਲਿਸ ਵਾਲੇ ਵੀ ਲੋਕਾਂ ਨੇ ਪਛਾਣ ਲਏ ਸੀ, ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ? ਜਿਉਂਦੀਆਂ ਚੀਜ਼ਾਂ ਦੀ ਸਰਕਾਰ ਨੂੰ ਕੋਈ ਕਦਰ ਨਹੀਂ? ਇਹ ਜਿਹੜੇ ਬੁੱਤ ਲਗਾਏ ਸੀ ਇਹਨਾਂ ਦੇ ਤੁਸੀਂ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਵੀ ਇੱਥੇ ਕੀ ਲੱਗਣਾ ਚਾਹੀਦਾ ਕੀ ਨਹੀਂ। ਜੇ ਉਹਨਾਂ ਨੇ ਮੁੰਡਿਆਂ ਨੇ ਵਿਰੋਧ ਕੀਤਾ, ਤੁਸੀਂ ਪਰਚੇ ਮਿੰਟ 'ਚ ਕੱਟਦੇ ਹੋ, ਪਰਚੇ ਦੇਣ ਨੂੰ ਸਰਕਾਰ ਤਕੜੀ ਆ, ਪਰ ਉਹਨਾਂ 'ਤੇ ਦੇ ਲਓ ਨਾ ਜਿਨ੍ਹਾਂ 'ਤੇ ਜ਼ਰੂਰਤ ਆ। ਅੱਜ ਉਹ ਲੋਕ ਅੱਜ ਵੀ ਇਨਸਾਫ਼ ਨੂੰ ਭਟਕ ਰਹੇ। ਉਧਰ ਮੋਹਨ ਲਾਲ ਦੇ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮਾਣੂਕੇ ਨੇ ਕਿਹਾ ਕਿ ਹੁਣ ਅਕਾਲੀ ਦਲ ਤਾਂ ਪੂਰੀ ਤਰ੍ਹਾਂ ਖਤਮ ਹੋਣ ਦੇ ਕੰਡੇ ਤੇ ਹੈ, ਇਸ ਕਰਕੇ ਉਸ ਦਾ ਸਾਥ ਭਾਜਪਾ ਵੀ ਛੱਡ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੇਅਦਬੀਆਂ ਕਾਰਨ ਅਕਾਲੀ ਦਲ ਦਾ ਪੰਜਾਬ ਭਰ ਵਿੱਚ ਵਿਰੋਧ ਹੋ ਰਿਹਾ। ਮਾਸਟਰ ਮੋਹਨ ਲਾਲ ਜੀ ਦਾ ਬਿਆਨ ਮੈਂ ਵੀ ਸੁਣਿਆ ਵੀਡੀਓ ਰਾਹੀਂ, ਮੈਂ ਇਹ ਦੇਖ ਰਹੀ ਸੀ, ਉਹ ਕਹਿੰਦੇ ਸੀ ਅਕਾਲ ਟਕਸਾਲੀ ਹੋਣ ਜਾਂ ਅਕਾਲੀ ਹੋਣ, ਸਾਨੂੰ ਦੋਨਾਂ ਤੋਂ ਪਰੇ ਰਹਿਣਾ ਚਾਹੀਦਾ, ਪਰਹੇਜ਼ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜੋ ਅਕਾਲੀ ਸਰਕਾਰ ਇੱਥੇ ਕਰ ਚੁੱਕੀ ਆ, ਪੰਜਾਬ ਦਾ ਘਾਣ ਕਰ ਲਿਆ, ਹੁਣ ਮੁੜ ਲੋਕਾਂ ਦਾ ਉਹਦੇ 'ਤੇ ਵਿਸ਼ਵਾਸ ਨਹੀਂ ਜਿਤਾਇਆ ਜਾ ਸਕਦਾ। ਪਰ ਮੈਂ ਹੈਰਾਨ ਉਸ ਗੱਲ 'ਤੇ ਹਾਂ ਵੀ ਬੀਜੇਪੀ ਉਸ ਟਾਈਮ ਅਕਾਲੀਆਂ ਦੀ ਭਾਈਵਾਲ ਸੀ ਜਦੋਂ ਅਕਾਲੀ ਸਰਕਾਰ ਪੰਜਾਬ ਦੇ ਵਿੱਚ ਬਹਿਬਲ ਕਲਾਂ 'ਚ ਬੱਚੇ ਮਾਰ ਰਹੀ ਸੀ, ਜਦੋਂ ਅਕਾਲੀ ਸਰਕਾਰ ਬਰਗਾੜੀ ਵਰਗੇ ਮੁੱਦਿਆਂ 'ਤੇ ਲੈ ਕੇ ਲੋਕਾਂ ਨੂੰ ਲੜਾ ਰਹੀ ਸੀ, ਉਦੋਂ ਤਾਂ ਬੀਜੇਪੀ ਬੋਲੀ ਨਹੀਂ, ਉਦੋਂ ਤਾਂ ਬੀਜੇਪੀ ਨੇ ਕਿਹਾ ਨਹੀਂ ਵੀ ਜੇ ਤੁਸੀਂ ਆਹ ਕੁਛ ਕਰਨਾ ਤਾਂ ਅਸੀਂ ਅਲਾਇੰਸ ਤੋੜਦੇ ਹਾਂ। ਹੁਣ ਪਤਾ ਵੀ ਉਹ ਖਤਮ ਆ ਅਤੇ ਅਸੀਂ ਸਰਕਾਰ ਬਣਾਉਣੀ ਹੈ ਤਾਂ ਵੋਟਾਂ ਦੀ ਰਾਜਨੀਤੀ ਹੈ। ਇਸ ਦੇ ਨਾਲ ਹੀ ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਉਹਨਾਂ ਮੌਜੂਦਾ ਅਤੇ ਸਾਬਕਾ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਕਰਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਈਟ ਪੇਪਰ ਲਿਆਉਣ ਦੀ ਗੱਲ ਕਹਿ ਰਹੇ ਨੇ, ਪਰ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੀ ਕੋਈ ਗੱਲ ਨਹੀਂ ਕਹਿ ਰਹੇ। ਉਹਨਾਂ ਕਿਹਾ ਕਿ ਲੋਕਾਂ ਦਾ ਹਾਲ ਬੇਹਾਲ ਹੈ ਤੇ ਸਰਕਾਰ ਸਿਰਫ ਇਸ ਦੇ ਲੀਪਾ ਪੋਚੀ ਕਰ ਰਹੀ ਹੈ। ਦੇਖੋ ਜੀ, ਜਿਹੜਾ ਮੈਂ ਬਿਜਲੀ ਦਾ ਮੁੱਦਾ ਚੱਕਿਆ ਪੰਜਾਬ, ਅਸੀਂ ਸਾਰਿਆਂ ਨੇ ਰਲ ਕੇ ਚੱਕਿਆ, ਉਹ ਕੈਪਟਨ ਸਰਕਾਰ ਦੇ ਮੈਨੀਫੈਸਟੋ 'ਚ ਸੀ, ਕਿਉਂਕਿ 5 ਰੁਪਏ ਯੂਨਿਟ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ। 5 ਰੁਪਏ ਯੂਨਿਟ ਤਾਂ ਕੀ ਦੇਣੀ ਸੀ, ਉਹਨਾਂ ਨੇ 12 ਵਾਰ ਹੌਲੀ ਹੌਲੀ ਕਰਕੇ ਬਿਜਲੀ ਦੇ ਰੇਟ ਵਧਾ ਤੇ। ਇੱਕ ਬਹੁਤ ਵੱਡਾ ਝਟਕਾ ਸੀ ਪੰਜਾਬੀਆਂ ਲਈ। ਅਸੀਂ ਪਿਛਲੇ ਦਿਨ ਹੀ ਇਹਨਾਂ ਦਾ ਪ੍ਰੋਟੈਸਟ ਵੀ ਕੀਤਾ ਸੀ, ਅਤੇ ਨਾਲ ਦੀ ਨਾਲ ਇੱਕ ਗੱਲ ਤੁਹਾਨੂੰ ਹੋਰ ਬੜੀ ਹੈਰਾਨੀ ਵਾਲੀ ਗੱਲ ਦੱਸ ਦਿੰਦੇ ਹਾਂ, ਅਸੀਂ ਇੰਨਾ ਹੀ ਮੰਗਿਆ ਸੀ ਉਸ ਪ੍ਰੋਟੈਸਟ ਦੇ ਵਿੱਚ ਤਾਂ ਵੀ ਤੁਸੀਂ 12 ਵਾਰ ਰੇਟ ਵਧਾਏ ਆ, ਜਿਹੜੇ 11 ਵਾਰ ਵਧਾਏ ਆ ਇੱਕ ਪਾਸੇ, ਜਿਹੜਾ 12ਵਾਂ ਵਧਾ ਰਹੇ ਆ ਉਹੀ ਰੋਕ ਲਓ। ਫਿਰ ਜਦੋਂ ਕੈਪਟਨ ਸਰਕਾਰ ਬਣੀ,
ਇਹਨਾਂ ਨੇ ਉਸ ਟਾਈਮ ਸਰਕਾਰ ਬਣਨ ਤੋਂ ਮਹੀਨੇ ਦੋ ਮਹੀਨੇ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਅੰਬਾਨੀ ਦੇ ਨਾਲ ਖਾਣਾ ਖਾਧਾ ਕੈਪਟਨ ਸਰਕਾਰ ਨੇ। ਉੱਥੇ ਖਾਣਾ ਖਾਂਦੇ ਸਮੇਂ ਵੀ ਇਹ ਕੋਈ ਐਗਰੀਮੈਂਟ ਦੀ ਗੱਲ ਕਰ ਰਹੇ ਸੀ, ਐਗਰੀਮੈਂਟ ਦੀ ਤੋੜਨ ਦੀ ਗੱਲ ਕਰ ਸਕਦੇ ਸੀ। ਉਹ ਖਾਣਾ ਇਹਨਾਂ ਨੇ ਐਗਰੀਮੈਂਟ ਤੋੜਨ ਲਈ ਜਾਂ ਜਾਰੀ ਕਰਨ ਲਈ ਨਹੀਂ ਸੀ, ਉਹ ਤਾਂ ਇਹਨਾਂ ਨੂੰ ਪਤਾ ਕਰਨ ਗਏ ਹੋਣੇ ਪਿਛਲੀ ਸਰਕਾਰ ਨੂੰ ਕਿੰਨਾ ਕਮਿਸ਼ਨ ਦਿੰਦੇ ਸੀ, ਸਾਨੂੰ ਕਿੰਨਾ ਦਊਂਗੇ। ਉਹ ਇਹਨਾਂ ਦੀ ਕਮਿਸ਼ਨਾਂ ਦੀ ਸਾਂਝ ਸੀ ਜੇ ਆਪਾਂ ਦੇਖੀ ਜਾਈਏ। ਹੁਣ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੈਪਟਨ ਸਰਕਾਰ ਨੇ ਜਦੋਂ ਦੇਖਿਆ ਕਾਂਗਰਸ ਸਰਕਾਰ ਨੇ ਵੀ ਲੋਕਾਂ ਦਾ ਵਿਰੋਧ ਜ਼ਿਆਦਾ ਉੱਠ ਰਿਹਾ, ਮੈਨੂੰ ਕੁਛ ਤਾਂ ਲੋਲੀਪੋਪ ਦੇ ਕੇ ਲੋਕਾਂ ਨੂੰ ਅੱਗੇ ਤੋਰਨਾ ਪੈਣਾ, ਉਹ ਕਹਿੰਦੇ ਮੈਂ ਵਾਈਟ ਪੇਪਰ ਲੈ ਕੇ ਆਊਂਗਾ। ਮੈਨੂੰ ਬੜੀ ਹੈਰਾਨੀ ਵਾਲੀ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਪੁੱਛਦੀ ਹਾਂ ਵੀ ਜਦੋਂ ਸਾਰਿਆਂ ਨੂੰ ਪਤਾ ਵੀ ਪਿਛਲੀ ਸਰਕਾਰ ਦੇ ਗਲਤ ਐਗਰੀਮੈਂਟ ਕਰਕੇ ਇਹ ਨੁਕਸਾਨ ਹੋਇਆ, ਉਹਦੇ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮੰਤਰੀ ਜ਼ਿੰਮੇਵਾਰ ਆ, ਹੁਣ ਤੁਸੀਂ ਲੋਕਾਂ ਨੂੰ ਇਹ ਲਿਆ ਕੇ 3 ਸਾਲ ਬਾਅਦ ਦੱਸੋਗੇ ਵੀ ਉਹਦੇ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮੰਤਰੀ ਜ਼ਿੰਮੇਵਾਰ ਆ, ਉਹਦੇ 'ਤੇ ਕਾਰਵਾਈ ਕਦੇ ਕਰਨੀ ਹੈ ਇਹ ਸਾਨੂੰ ਦੱਸੋ। ਹੁਣ ਅਗਲਾ ਸੈਸ਼ਨ ਮਾਰਚ 'ਚ ਆਏਗਾ, ਮਾਰਚ ਤੱਕ ਲੋਕਾਂ ਨੇ ਬਿਜਲੀ ਦੇ ਬਿੱਲ ਵਧੇ ਕੌਣ ਦੇਵੇਗਾ? ਅਤੇ ਪਿਛਲੇ 3 ਸਾਲਾਂ 'ਚ ਜਿਹੜੇ ਲੋਕਾਂ ਨੇ ਬਿਜਲੀ ਦੇ ਵਧੇ ਬਿੱਲਾਂ ਕਰਕੇ ਨੁਕਸਾਨ ਭੁਗਤਿਆ ਉਹਨੂੰ ਕੌਣ ਚੱਲੇਗਾ? ਇਹ ਤਾਂ ਵਾਈਟ ਪੇਪਰ 'ਚ ਹੁਣ ਉਹ ਲੈ ਕੇ ਆਓ, ਲੋਕਾਂ ਨੂੰ ਰਾਹਤ ਚਾਹੀਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਵਿੱਚ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਆਪਣੀ ਵੋਟ ਦੇਣ ਦੇ ਮਾਮਲੇ 'ਤੇ ਵੀ ਉਹਨਾਂ ਕਿਹਾ ਕਿ ਇਹ ਅਕਾਲੀ ਦਲ ਦੀ ਦੋਹਰੀ ਰਾਜਨੀਤੀ ਹੈ, ਵੋਟ ਬੈਂਕ ਲਈ ਉਹ ਹਮੇਸ਼ਾ ਧਰਮ ਦੇ ਨਾਂ 'ਤੇ ਰਾਜਨੀਤੀ ਕਰਦੇ ਨੇ। ਇਸ ਦੇ ਨਾਲ ਹੀ ਮਾਣੂਕੇ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਤਾਂ ਦੋਵੇਂ ਹੱਕ ਦੇ ਵਿੱਚ ਵੋਟਾਂ ਪਾ ਕੇ ਆਏ ਨੇ, ਪਰ ਜਦਕਿ ਵਿਧਾਨ ਸਭਾ ਵਿੱਚ ਆ ਕੇ ਵਿਰੋਧ ਦਾ ਡਰਾਮਾ ਕਰ ਰਹੇ ਨੇ। ਦੇਖੋ ਜੀ, ਅਕਾਲੀ ਦਲ ਸ਼ੁਰੂ ਤੋਂ ਧਰਮ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਦਾ ਆ ਰਿਹਾ ਅਤੇ ਜਿਹਨੂੰ ਉਹਨੇ ਜਾਰੀ ਰੱਖਿਆ ਇੱਥੇ, ਉੱਥੇ ਇਹਨਾਂ ਨੇ ਉਹ ਹੱਕ ਦੇ ਵਿੱਚ ਵੋਟ ਪਾ ਰਹੇ ਆ ਇਹਨਾਂ ਦੇ ਅਕਾਲੀ ਦਲ ਦੇ ਬੀਬਾ ਜੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ। ਉਹ ਕਹਿੰਦੇ ਅਸੀਂ ਸਮਰਥਨ ਦਿੱਤਾ, ਇੱਥੇ ਇਹ ਕਹਿ ਰਹੇ ਆ ਵੀ ਸਾਡਾ ਸਮਰਥਨ ਤਾਂ ਹੈਗਾ ਪਰ ਸਾਡੀਆਂ ਕੁਛ ਸ਼ਰਤਾਂ ਐਡ ਕਰੋ। ਉਹਨਾਂ ਨੂੰ ਪਤਾ ਵੀ ਜਦੋਂ ਅਸੀਂ ਵਿਰੋਧ ਹੀ ਕਰ ਰਹੇ ਹਾਂ ਅਤੇ ਉਹ ਸਿੱਧੀ ਤਰ੍ਹਾਂ ਵਿਰੋਧ ਕਰਨ, ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਵਿਰੋਧ ਕੀਤਾ, ਆਮ ਆਦਮੀ ਪਾਰਟੀ ਨੇ ਡਟ ਕੇ ਵਿਰੋਧ ਕੀਤਾ ਵੀ ਜਿਹੜੀ ਸਰਕਾਰ ਥੋੜ੍ਹੇ ਜਿਹੇ ਦਿਨ ਪਹਿਲਾਂ ਵੋਟਾਂ ਲੈ ਕੇ ਸਰਕਾਰ ਬਣਾ ਲੈਂਦੀ ਹੈ ਵੀ ਤੁਸੀਂ ਭਾਰਤ ਦੇ ਨਾਗਰਿਕ ਆ ਮੈਨੂੰ ਵੋਟਾਂ ਪਾਓ, ਉਹ ਵੋਟਾਂ ਲੈਣ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਸਾਬਤ ਕਰੋ ਵੀ ਤੁਸੀਂ ਭਾਰਤ ਦੇ ਨਾਗਰਿਕ ਆ, ਕਿੱਡਾ ਲੋਕਾਂ ਨਾਲ ਕੁਝ ਮਜ਼ਾਕ ਆ। ਦੱਸਦੇ ਕਿ ਬੁੱਤ ਤੋੜਨ ਦੇ ਮਾਮਲੇ ਨੂੰ ਲੈ ਕੇ ਸਿਆਸਤ ਪੁਰ ਜ਼ੋਰਾਂ ਤੇ ਹੈ, ਜਿਸ ਦੇ ਚਲਦੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਵੱਖ ਵੱਖ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਬੁੱਤ ਤੋੜਨ ਵਾਲੇ ਸਿੰਘਾਂ ਤੇ ਕੀਤੇ ਗਏ ਪਰਚੇ ਨੂੰ ਸਰਕਾਰ ਕਦੋਂ ਵਾਪਸ ਲੈਂਦੀ ਹੈ, ਇਹ ਵੇਖਣਾ ਲਾਜ਼ਮੀ ਹੋਵੇਗਾ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।